ਮੈਂ ਮਰ ਜਾ ਪੁੱਤ ਦੇ ਨਾਲ। ਇੱਕ ਹੋਰ ਪੰਜਾਬੀ ਨੌਜਵਾਨ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ ਹੈ। ਦੱਸ ਦਈਏ ਕਿ 31 ਸਾਲਾ ਮਲਕੀਤ ਸਿੰਘ ਦੀ ਸੜਕ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ। ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮਲਕੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ ਅਤੇ 1.5 ਸਾਲ ਪਹਿਲਾਂ ਘਰ ਬਾਰ ਵੇਚ ਕੇ ਅਤੇ ਕਰਜ਼ਾ ਲੈ ਕੇ 46 ਲੱਖ ਰੁਪਇਆ ਲਾ ਕੇ ਅਮਰੀਕਾ ਗਿਆ ਸੀ। ਪਹਿਲਾਂ ਤਾਂ ਮਿਹਨਤ ਮਜ਼ਦੂਰੀ ਕਰਦਾ ਰਿਹਾ ਤੇ ਬਾਅਦ ਦੇ ਵਿੱਚ ਟਰਾਲਾ ਚਲਾਉਂਦਾ ਸੀ ਤੇ ਜਦੋਂ ਹੁਣ ਟਰਾਲੇ ਤੇ ਜਾ ਰਿਹਾ ਸੀ ਤਾਂ ਨਾਲ ਦਾ ਮੁੰਡਾ ਟਰਾਲਾ ਚਲਾ ਰਿਹਾ ਸੀ ਤੇ ਆਪ ਆਰਾਮ ਕਰ ਰਿਹਾ ਸੀ। ਪਰਿਵਾਰ ਦੇ ਮੁਤਾਬਕ ਟਰਾਲਾ ਚਲਾਉਣ ਵਾਲਾ ਮੁੰਡਾ ਨਵਾਂ ਸੀ ਤੇ ਇਸ ਦੌਰਾਨ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਮਲਕੀਤ ਸਿੰਘ ਦੀ ਮੌਤ ਹੋ ਗਈ। ਪਰਿਵਾਰ ਨੇ ਦੱਸਿਆ ਕਿ 46 ਲੱਖ ਲਾ ਕੇ ਪੁੱਤ ਨੂੰ ਅਮਰੀਕਾ ਭੇਜਿਆ ਸੀ ਕਿ ਹੁਣ ਘਰ ਦੇ ਹਾਲਾਤ ਸੁਧਰ ਜਾਣਗੇ, ਪਰ ਉੱਥੇ ਜਾ ਕੇ ਉਸ ਦੀ ਭਿਆਨਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਤੇ ਹੁਣ ਪਰਿਵਾਰ ਮ੍ਰਿਤਕ ਦੇ ਉਡੀਕ ਰਿਹਾ ਹੈ। ਪਰਿਵਾਰ ਦੇ ਮੁਤਾਬਕ ਟਰਾਲੇ 'ਚ ਦੋਵੇਂ ਨੌਜਵਾਨ ਜਾ ਰਹੇ ਸੀ ਤੇ ਹਾਦਸੇ ਵੇਲੇ ਉਹਨਾਂ ਦਾ ਪੁੱਤਰ ਮਲਕੀਤ ਸਿੰਘ ਆਰਾਮ ਕਰ ਰਿਹਾ ਸੀ ਜਦਕਿ ਦੂਜਾ ਮੁੰਡਾ ਪਹਿਲੀ ਵਾਰ ਟਰਾਲਾ ਚਲਾ ਰਿਹਾ ਸੀ। ਮਲਕੀਤ ਸਿੰਘ 1.5 ਸਾਲ ਪਹਿਲਾਂ ਅਮਰੀਕਾ ਗਿਆ ਸੀ ਤੇ ਕਰਜ਼ਾ ਚੁੱਕ ਕੇ ਪੁੱਤ ਨੂੰ ਅਮਰੀਕਾ ਭੇਜਿਆ ਸੀ, ਪਰ ਹੁਣ ਮਾੜੀ ਖਬਰ ਸਾਹਮਣੇ ਆਈ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮਲਕੀਤ ਸਿੰਘ ਆਪਣੇ ਪਿੱਛੇ 2 ਬੱਚੇ, ਪਤਨੀ ਤੇ ਬਜ਼ੁਰਗ ਮਾਂ ਬਾਪ ਛੱਡ ਗਿਆ ਹੈ। ਇਹ ਖਬਰ ਗੁਰਦਾਸਪੁਰ ਦੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਇਸ ਨੌਜਵਾਨ ਦੀ ਅਮਰੀਕਾ ਦੇ ਵਿੱਚ ਐਕਸੀਡੈਂਟ ਦੌਰਾਨ ਮੌਤ ਹੋ ਗਈ ਹੈ। ਮਲਕੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਕਰਜ਼ਾ ਚੁੱਕ ਕੇ ਘਰ ਬਾਰ ਵੇਚ ਕੇ ਰੋਜ਼ੀ ਰੋਟੀ ਲਈ ਤੇ ਚੰਗੇ ਦਿਨਾਂ ਦੀ ਆਸ ਲਈ ਅਮਰੀਕਾ ਗਿਆ ਸੀ, ਪਰ ਹੁਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇੱਕ ਦਰਦਨਾਕ ਹਾਦਸੇ ਦੇ ਵਿੱਚ ਮਲਕੀਤ ਸਿੰਘ ਦੀ ਮੌਤ ਹੋ ਗਈ। ਜਿਉਂ ਹੀ ਇਹ ਖਬਰ ਪਿੰਡ ਪਹੁੰਚੀ ਤਾਂ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਘਰ ਦੇ ਵਿੱਚ ਸੱਥਰ ਵਿਛ ਗਏ। ਪਰਿਵਾਰ ਦਾ ਵਿਰਲਾਪ ਚੱਲ ਨਹੀਂ ਹੋ ਰਿਹਾ। ਮਲਕੀਤ ਸਿੰਘ ਦੇ 2 ਛੋਟੇ ਬੱਚੇ ਨੇ, ਮਾਂ ਪਿਓ ਨੇ ਜੋ ਬਿਰਧ ਨੇ ਤੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ, ਪਰ ਹੁਣ ਉਹ ਵੀ ਇਸ ਦੁਨੀਆ ਤੋਂ ਚਲੇ ਗਿਆ। ਪਰਿਵਾਰ ਹੁਣ ਮ੍ਰਿਤਕ ਦੇਹ ਦੀ ਉਡੀਕ ਕਰ ਰਿਹਾ ਹੈ ਕਿ ਆਖਰੀ ਰਸਮਾਂ ਨਿਭਾਈਆਂ ਜਾ ਸਕਣ। ਡਰਾਈਵਰੀ ਮਿਲੀ ਸੀ, ਸਿਰਫ ਹੁਣ 20-25 ਦਿਨ ਡਰਾਈਵਰੀ ਕੀਤੀ ਆ। ਮਹਾਰਾਜ ਦਾ ਭਾਣਾ ਵਾਪਰ ਗਿਆ, ਐਕਸੀਡੈਂਟ ਹੋ ਗਿਆ, ਐਕਸੀਡੈਂਟ ਉਹਨਾਂ ਦੀ ਮੌਤ ਹੋ ਗਈ। ਦੂਸਰਾ ਮੁੰਡਾ ਜਿਹੜਾ ਇਹੋ ਜਿਹੇ ਲੱਤ ਫ੍ਰੈਕਚਰ ਹੋ ਗਈ। ਪਰਿਵਾਰ ਦੇ ਪਿੱਛੇ ਮਾਤਾ, ਪਿਓ, ਬਜ਼ੁਰਗ ਆ, ਬੇਟਾ ਬੇਟੀ ਅਤੇ ਉਹਦੀ ਵਾਈਫ ਆ। ਹਾਂਜੀ, ਅਸੀਂ ਕੀ ਅਪੀਲ ਕਰਨਾ ਚਾਹੁੰਦੇ ਹਾਂ? ਇਹ ਕਰਦੇ ਹਾਂ ਕਿ ਮਕੇਸ ਸਿੰਘ ਦੀ ਜਿਹੜੀ ਲਾਸ਼ ਆ, ਡੈੱਡ ਬੋਡੀ, ਉਹ ਪੰਜਾਬ ਭੇਜੀ ਜਾਵੇ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿੰਨੀ ਵੀ ਵੱਧੋਂ ਰਾਤ ਮਾਲੀ ਮਾਜ ਤੱਕ ਉਹਦੀ ਕੀਤੀ ਜਾਵੇ ਕਿ ਪਰਿਵਾਰ ਆਪਣਾ ਸੁੱਖ ਦਾ ਸਾਹ ਲੈ ਸਕੀਏ। ਲਖਵਿੰਦਰ ਸਿੰਘ ਆਪਣੇ ਮੇਰੀ ਮਿਸਿਜ ਦਾ ਜੀ, ਭੂਆ ਦਾ ਲੜਕਾ ਹੈ ਜੀ, ਸਾਲਾ ਸਾਹ ਵੀ ਲੜਦੇ ਹਾਂ। ਇਤਲਾਹ ਦੇ ਵਿੱਚ ਜੀ ਸਾਡੇ ਕੁਛ ਉੱਥੇ ਰਿਸ਼ਤੇਦਾਰ ਰਹਿੰਦੇ ਨੇ, ਜਦੋਂ ਇਹ ਪਹੁੰਚਿਆ ਜਾ ਕੇ ਉਹਨਾਂ ਨੇ ਇਹਦੀ ਰਿਸਪੋਂਸੀਬਿਲਟੀ ਸਾਰੀ ਉਹਨਾਂ ਦੀ ਸੀ, ਉਹਨਾਂ ਨੂੰ ਉਹਨਾਂ ਕੋਲ ਐਡਰੈਸ ਸ਼ੇਅਰ ਹੈ। ਜਦੋਂ ਇਹ ਘਟਨਾ ਵਾਪਰੀ ਹੈ ਤਾਂ ਉਹਨਾਂ ਨੂੰ ਮੈਸੇਜ ਆਇਆ ਜੀ, ਉਹਨਾਂ ਨੂੰ ਸੁਣਾ ਦਿੱਤਾ ਗਿਆ ਜੀ ਆ ਤੁਹਾਡਾ
ਜਿਹੜਾ ਕਜ਼ਨ ਆ ਮਲਕੀਤ ਸਿੰਘ, ਉਹਨਾਂ ਦਾ ਐਕਸੀਡੈਂਟ ਹੋ ਗਿਆ। ਦੋ ਜਣੇ ਸੀ ਗੱਡੀ ਦੇ ਵਿੱਚ, ਇਹ ਲਾਗੇ ਲੰਮਾ ਪਿਆ ਸੀ, ਸੁੱਤਾ ਸੀ ਆਪਣੀ ਡਿਊਟੀ ਪੂਰੀ ਕਰਕੇ 11-12 ਘੰਟੇ ਚਲਾ ਕੇ। ਉਹ ਜਿਹੜਾ ਦੂਜਾ ਲੜਕਾ ਸੀ ਉਹ ਪਹਿਲੀ ਵਾਰੀ ਡਰਾਈਵਿੰਗ ਕਰਨ ਲੱਗਾ ਸੀ, ਪਹਿਲੀ ਵਾਰੀ ਉਹਦੇ ਬੈਠਾ, ਇਹ ਉੱਤੇ ਇਤਬਾਰ ਕਰ ਬੈਠਾ ਜੀ, ਪਰ ਇਹ ਗੱਡੀ ਚੰਗੀ ਚਲਾਉਂਦਾ ਹੋਊ। ਉਹਨੇ 2-3 ਘੰਟੇ ਗੱਡੀ ਚਲਾਈ ਹੈ ਜੀ, ਪਤਾ ਨਹੀਂ ਉਹਨੇ ਕੀ ਕੀਤਾ ਜੀ, ਪਤਾ ਨਹੀਂ ਉਹਨੇ ਫੋਨ ਵੇਖ ਲਿਆ ਕਿ ਪਤਾ ਨਹੀਂ ਉਹਨੇ ਅਣਗਹਿਲੀ ਕਰ ਲਈ ਕਿ ਨੀਂਦ ਆ ਗਈ ਉਹਨੂੰ ਕੀ ਹੋ ਗਿਆ। ਉਹਨੇ ਉਹ ਗੱਡੀ ਫੁੱਟਪਾਥ ਦੇ ਉੱਤੇ ਚੜਾ ਦਿੱਤੀ ਜੀ, ਫੁੱਟਪਾਥ ਤੋਂ ਐਸੀ ਗੱਡੀ ਜਿਹੜੀ ਉਹ ਡਾਵਾਂ ਡੋਲ ਹੋ ਗਈ। ਬਾਅਦ ਦੇ ਵਿੱਚ ਜਾ ਕੇ ਉਹ ਬੈਕ ਸਾਈਡ ਵਾਲਾ ਕੰਟੇਨਰ ਜਿਹੜਾ ਪਿਛਲਾ ਲੰਮਾ ਹੁੰਦਾ ਉਹ ਸਾਰਾ ਟੁੱਟ ਕੇ ਪਿੱਛੇ ਰਹਿ ਗਿਆ। ਅਗਲੀ ਗੱਡੀ ਜਿਹੜੀ ਸੀ ਉਹ ਜਿਹੜੀ ਆਊਟ ਆਫ ਕੰਟਰੋਲ ਹੋ ਕੇ ਅਤੇ ਉਹ ਆਪਣੀ ਉਹ ਸਾਈਡ ਨੂੰ ਉਹ ਬ੍ਰਿਜ ਦੇ ਉੱਪਰੋਂ ਜਿਹੜੀ ਉਹ ਰਾਈਟ ਸਾਈਡ ਨੂੰ ਜਾ ਡਿੱਗੀ। ਥੱਲੇ ਜਾ ਕੇ ਗੱਡੀ ਦਾ ਕੁਛ ਨਹੀਂ ਰਿਹਾ ਜੀ, ਟੁੱਟ ਗਈ, ਚੱਕਣਾ ਚੂਰ ਹੋ ਗਈ। ਕਿੰਨੀ ਉਮਰ ਸੀ, ਕਿੰਨੇ ਦੇਰ ਪਹਿਲਾਂ ਗਏ ਸੀ? ਉਹਨਾਂ ਨੂੰ ਤਕਰੀਬਨ 1.5 ਸਾਲ ਹੋ ਗਿਆ ਜੀ ਵਿਚਾਰਿਆਂ ਨੂੰ। ਉਹਨਾਂ ਨੂੰ ਰਾਹ ਦੇ ਵਿੱਚ ਗੁਜ਼ਰਦਿਆਂ 2-4 ਮਹੀਨੇ ਜਿਹੜੇ ਉਹ ਰਾਹ 'ਚ ਹੀ ਲੰਘ ਗਏ। ਤਕਰੀਬਨ 1.5 ਸਾਲ ਹੋ ਗਿਆ। ਕਿੰਨਾ ਪੈਸਾ ਲਗਾ ਕੇ ਅਤੇ ਕਿਵੇਂ ਮੈਨੇਜ ਕਰਕੇ ਗਏ? ਮੈਨੇਜ ਬੜਾ ਔਖਾ ਜੀ, ਪਰਿਵਾਰ ਦਾ ਮਸਾਂ ਹੀ ਕਿਤੇ ਆਸ ਦੀ ਇੱਕ ਕਿਰਨ ਜਾਗੀ ਕਿ ਸਾਡਾ ਪੁੱਤ ਕਮਾਊਗਾ, ਸਾਡੇ ਧੋਣੇ ਧੋਦੂਗਾ। ਪਿੱਛੇ ਇਹਨਾਂ ਦੀ ਕੰਡੀਸ਼ਨ ਚੰਗੀ ਨਹੀਂ ਸੀ, ਨਾ ਤਾਂ ਇਹਨਾਂ ਨੂੰ ਕੋਈ ਜ਼ਮੀਨ ਰਹੀ ਹੈ, ਨਾ ਕੁਛ ਇਹਨਾਂ ਕੋਲ, ਨਾ ਆਪਣਾ ਘਰ ਵੀ ਨਹੀਂ ਰਿਹਾ, ਉਹ ਵੇਚ ਕੇ ਕਰਜ਼ਾ ਵੀ ਚੁੱਕਿਆ, ਘਰ ਵੀ ਵੇਚਿਆ। ਬਹੁਤ ਜ਼ਿਆਦਾ ਤਕਰੀਬਨ ਬਹੁਤ ਜ਼ਿਆਦਾ ਖਸਤਾ ਹਾਲਤ ਹੋ ਗਈ ਹੈ। ਬਹੁਤ ਮਾੜਾ ਹਾਲ ਹੈ ਜੀ, ਉਹ ਵੀ ਵਿਚਾਰੇ ਇੱਦਾਂ ਦਵਾਈ ਬੂਟੀ ਚੱਲਦੀ ਹੈ ਜੀ, ਉਹਨਾਂ ਦੀ ਪਹਿਲਾਂ ਤੋਂ ਬਿਮਾਰ ਸ਼ਮਾਰ ਰਹਿੰਦੇ ਹੋ, ਉਹਨਾਂ ਦਾ ਵੀ ਕੋਈ ਹਾਲ ਨਹੀਂ, ਉਹਨਾਂ ਦਾ ਕੋਈ ਹੱਜ ਨਹੀਂ ਰਿਹਾ ਜੀਣ ਦਾ ਜੀ। ਛੋਟੇ ਛੋਟੇ ਬੱਚੇ ਆ, 4 ਸਾਲ ਦਾ ਬੇਟਾ ਹੈ, 7 ਸਾਲ ਦੀ ਬੇਟੀ ਹੈ, ਉਹਨਾਂ ਨੂੰ ਵਿਚਾਰਿਆਂ ਨੂੰ ਉਹਨੇ ਜਿਹੜੀ ਮਿਸਿਜ ਆ ਉਹਨਾਂ ਦਾ, ਉਹ ਕੋਈ ਹਾਲ ਨਹੀਂ ਜੀ, ਬਹੁਤ ਬੁਰਾ ਹਾਲ, ਉਹਨਾਂ ਨੂੰ ਕੁਛ ਨਹੀਂ ਦੀਦਾ ਅੱਗੇ ਪਿੱਛੇ ਉਹਨਾਂ ਨੂੰ।